बहुत सोनी मूवी है। वैसे आजकल जिनमें मूवियां आ रही है नई क्राइम वाली, ऐसा कुछ नहीं है, फैमिली भी देख सकती है। 5/5 है, फुल ऑन कॉमेडी, बहुत बढ़िया सी। आई गिव 5। सत श्री अकाल जी, पंजाब प्लस टीवी देख रहे हो तुसी, मैं आकांक्षा सोडी ते स्वागत है तुहाडा सारेयां दा एक होर पब्लिक रिव्यू दे विच। ते अज दी जिहड़ी साडी फिल्म है ओह हैगी है बूम है डर गई। मैं तुहानू दस दवां कि बूम है डर गई दे विच रोशन प्रिंस जी ते ईशा रिखी जी मुख किरदार दे उत्ते नज़र आ रहे ने। अते फिल्म डायरैक्ट कीती है मनजीत सिंह टोनी जी ने, अते लिखी है राजू वर्मा जी ने। इस फिल्म दी खासियत अगर मैं कहां, ट्रेलर देख के सानू अंदाज़ा लग रहा है कि 52 to 53 आर्टिस्ट इहदे विच जिहड़े है मौजूद ने। और पंजाबी सिनेमा दे विच ना बड़ियां घट इहो जिहियां फिल्मां बनदियां ने जिहदे विच इन्नी ज़्यादा स्टारकास्ट होवे और इन्ने ज़्यादा कैरेक्टर्स होण। साडे डायरेक्टर साहब जिहड़े है कि बधाई दे पात्र ने कि उन्होंने इन्ने सारे आर्टिस्ट नूं इकट्ठे करके एक फिल्म जिहड़ी है बनाई है। मिलवावांगे साडी पब्लिक दे नाल ते की कहना है पब्लिक दा बूम है डर की बारे, आओ सुनदे हां। ਮੈਂ ਡਰ ਗਈ ਦੇ ਪ੍ਰੀਮੀਅਰ ਤੇ ਆਏ ਹੋਏ ਆ ਗੁਰਚੇ ਚਿੱਤਰਕਾਰ ਜੀ ਜੁੜ ਗਏ ਨੇ, ਕਿਵੇਂ ਲੱਗੀ ਸਰ? ਬਹੁਤ ਵਧੀਆ ਸੀ, ਬਹੁਤ ਕਮੇਡੀ ਹੈ ਤੇ ਇੰਟਰਟੇਨਮੈਂਟ ਹੈ, ਡਾਇਰੈਕਸ਼ਨ ਬਹੁਤ ਵਧੀਆ, ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ। ਅੱਛਾ, ਪੰਜਾਬੀ ਸਿਨੇਮਾ ਦੇ ਵਿੱਚ ਬਹੁਤ ਇਹੋ ਜਿਹਾ ਘੱਟ ਫਿਲਮਾਂ ਬਣਦੀਆਂ ਨੇ ਜਿਹਦੇ ਵਿੱਚ ਐਡੀ ਵੱਡੀ ਸਟਾਰ ਕਾਸਟ ਹੋਵੇ, ਐਡਾ ਦੋ ਬੰਦੇ ਨਾਲ ਕੰਮ ਕਰਨਾ ਔਖਾ ਹੀ, ਇਹਨੇ ਬੱਗ ਨਾਲ ਕੰਮ ਕਰਨਾ ਬਹੁਤ ਔਖਾ ਹੈ। ਬਹੁਤ ਅੱਛਾ ਡਾਇਰੈਕਟਰ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ। ਅੱਛੀ ਲੱਗੀ ਆ ਰੋਸ਼ ਪਹਿਲਾ ਨੰਬਰ ਬਾ ਰੋਸ਼ਨ ਪ੍ਰਿੰਸ ਤੇ ਈਸ਼ਾ ਰਿੱਖੀ ਦਾ ਕੰਮ ਕਿੱਦਾਂ ਲੱਗਿਆ? ਬਹੁਤ ਵਧੀਆ ਜੀ। ਤੇ ਕਾਮੇਡੀ ਕਿੰਨੀ ਕੁ ਹੈ ਫਿਲਮ ਦੇ ਵਿੱਚ? ਬਹੁਤ ਜ਼ਿਆਦਾ। ਅੱਛਾ, ਜਦੋਂ ਹੋਰਰ ਆਉਂਦਾ ਹੈ ਫਿਲਮ ਦੇ ਵਿੱਚ, ਕਿਉਂਕਿ ਇਹ ਹੋਰਰ ਕਾਮੇਡੀ ਹੈ ਸੋ ਥੋੜ੍ਹੀ ਡਰ ਉੱਥੇ ਕਾਇਮ ਹੁੰਦਾ? ਹਾਂਜੀ, ਡਰ ਤਾਂ ਲੱਗਦਾ। ਨੀਸ਼ਾ ਬਾਨੋ ਜੀ ਜਿਹੜੀ ਸਾਡੀ ਪਿਆਰੀ ਜੀ ਚੁੜੇਲ ਬਣੇ ਨੇ ਫਿਲਮ ਦੇ ਵਿੱਚ, ਤੇ ਉਹ ਕੰਮ ਕਿੱਦਾਂ ਲੱਗਾ? ਬਹੁਤ ਸੋਹਣਾ ਲੱਗਾ ਜੀ ਸਰ। ਸ਼ੁਕਰੀਆ, ਬਹੁਤ ਅੱਛੀ ਵਧੀਆ ਲੱਗੀ ਜੀ ਮੂਵੀ, ਵਧੀਆ ਸੀ। ਰੋਸ਼ਨ ਪ੍ਰਿੰਸ ਤੇ ਈਸ਼ਾ ਰਿੱਖੀ ਦਾ ਕੰਮ ਕਿੱਦਾਂ ਲੱਗਿਆ? ਬਹੁਤ ਵਧੀਆ ਸੀਗਾ ਜੀ, ਹਾਸੀ ਆਈ ਪੂਰੀ, ਕਮੇਡੀ ਹੈ ਮੂਵੀ ਸੀ। ਅੱਛਾ, ਫਿਲਮ ਇਹੋ ਜੀ ਹੈ ਕਿ ਇਹਦੇ ਵਿੱਚ ਕਾਫੀ ਜ਼ਿਆਦਾ ਸਟਾਰਸ ਔਰ ਸਾਡੇ ਸਿਨੇਮਾ ਦੇ ਵਿੱਚ ਇਹੋ ਜਿਹੀਆਂ ਫਿਲਮਾਂ ਘੱਟ ਬਣਦੀਆਂ ਨੇ, ਡਾਇਰੈਕਟਰ ਸਾਹਿਬ ਲਈ ਕੀ ਕਹੋਗੇ? ਡਾਇਰੈਕਟਰ ਸਾਹਿਬ ਨੇ ਬਹੁਤ ਵਧੀਆ, ਸਾਰਿਆਂ ਨੇ ਬਹੁਤ ਵਧੀਆ ਕਿਰਦਾਰ ਨਿਭਾਇਆ ਜੀ, ਉਹਨਾਂ ਨੇ ਬਹੁਤ ਸੋਹਣੀ ਮੂਵੀ ਬਣਾਈ ਆ, ਸਕਰੀਨ ਪਲੇ ਵੀ ਬਹੁਤ ਵਧੀਆ ਸੀਗਾ। ਨਾਈਸ ਮੂਵੀ, ਵੈਰੀ ਗੁੱਡ। ਅੱਛਾ, ਬੂਮ ਐਂਡ ਡਰ ਗਈ ਫਿਲਮ ਦੇ ਵਿੱਚ ਜਿਹੜੀ ਸਾਡੀ ਚੜੇਲ ਹੈ ਨੀਸ਼ਾ ਬਾਨੋ ਜੀ, ਉਹਨਾਂ ਦਾ ਕੰਮ ਕਿੱਦਾਂ ਲੱਗਿਆ? ਬਹੁਤ ਅੱਛਾ। ਸਾਡੀ ਮੇਨ ਹੀਰੋਇਨ ਹੈ ਜਿਹੜੀ ਈਸ਼ਾ ਰਿੱਖੀ ਜੀ, ਉਹ ਕਿੰਨੇ ਕੁ ਜੱਚ ਰਹੇ ਨੇ ਆਪਣੇ ਕਿਰਦਾਰ ਦੇ ਵਿੱਚ? ਬੜਾ ਬੜੀ ਪ੍ਰੀਟੀ ਲੱਗ ਰਹੇ ਹਨ, ਬਹੁਤ ਅੱਛੀ, ਬਹੁਤ ਅੱਛੀ ਲੱਗੀ। ਰੋਸ਼ਨ ਪ੍ਰਿੰਸ ਤੇ ਈਸ਼ਾ ਰਿੱਖੀ ਜੀ ਦਾ ਕੰਮ ਕਿੱਦਾਂ ਲੱਗਿਆ? ਬਹੁਤ ਵਧੀਆ। ਫਿਲਮ ਮਲਟੀ ਸਟਾਰਰ ਫਿਲਮ ਹੈ, ਸਾਰੇ ਐਕਟਰਾਂ ਦਾ ਕੰਮ ਕਿੱਦਾਂ ਦਾ ਲੱਗਿਆ? ਐਕਟਰ ਐਕਟਰੈਸ ਓਵਰਆਲ ਵਧੀਆ ਹੈ, ਜੋਗਰਾਜ ਜੀ ਸਭ ਤੇ ਛਾਏ ਹੋਏ ਹਨ। ਮਸਟ ਸੀ, ਇਟਸ ਵੈਰੀ ਐਂਟਰਟੇਨਿੰਗ, ਵੈਰੀ ਨਾਈਸ ਮੂਵੀ, ਆਈ ਰੀਅਲੀ ਇੰਜੋਇਡ ਦੈਟ। ਅੱਛਾ, ਰੋਸ਼ਨ ਪ੍ਰਿੰਸ ਤੇ ਈਸ਼ਾ ਰਿੱਖੀ ਜੀ ਦਾ ਕੰਮ ਕਿੱਦਾਂ ਦਾ ਲੱਗਿਆ? ਔਰ ਯੋਗਰਾਜ ਸਿੰਘ, ਬਾਕੀ ਜਿੰਨੇ ਵੀ ਸਟਾਰ ਆਰਟਿਸਟ ਇਹਦੇ ਚ ਮੌਜੂਦ? ਐਵਰੀਬਾਡੀ ਵਾਸ ਵੈਰੀ ਨਾਈਸ ਐਟ देयर ਓਨ ਪਲੇਸਿਸ, ਵੈਰੀ ਨਾਈਸ ਮੂਵੀ। ਬਹੁਤ ਸੋਹਣੀ ਫਿਲਮਾਂ, ਪੰਜਾਬੀ ਸਿਨੇਮੇ 'ਚ ਪਹਿਲੀ ਵਾਰ ਇੱਕ ਡਰਾਵਣੀ ਹਾਰਰ ਭੁੱਤਾਂ ਵਾਲੀ ਫਿਲਮ ਦੇਖਣ ਨੂੰ ਮਿਲੀ ਆ, ਸੋ ਨਵਾਂ ਤਜਰਬਾ ਕੀਤਾ ਗਿਆ, ਪੂਰੀ ਟੀਮ ਵਧਾਈ ਦੀ ਪਾਤਰਾ। ਬਹੁਤ ਸੋਹਣੀ ਮੂਵੀ ਹੈ, ਵੈਸੇ ਅੱਜ ਕੱਲ੍ਹ ਜਿਵੇਂ ਮੂਵੀਆਂ ਆ ਰਹੀਆਂ ਨੇ ਕ੍ਰਾਈਮ ਵਾਲੀਆਂ, ਐਸਾ ਕੁਝ ਨਹੀਂ ਹੈ, ਫੈਮਿਲੀ ਵੀ ਦੇਖ ਸਕਦੀ। ਰੋਸ਼ਨ ਪ੍ਰਿੰਸ ਜੀ ਤੇ ਈਸ਼ਾ ਰਿੱਖੀ ਜੀ ਦੀ ਜਿਹੜੀ ਇਹ ਕੈਮਿਸਟਰੀ ਹੈ, ਲਵ ਸਟੋਰੀ ਹੈ, ਕਿੱਦਾਂ ਦੀ ਲੱਗੀ? ਬਹੁਤ ਅੱਛੀ ਲੱਗੀ। ਅੱਛਾ, ਫਿਲਮ ਮਲਟੀ ਸਟਾਰਰ ਹੈ, ਸਾਰੇ ਐਕਟਰ ਐਕਟਰੈਸਿਸ ਦਾ ਕੰਮ ਕਿੱਦਾਂ ਲੱਗਿਆ? ਬਹੁਤ ਅੱਛਾ ਲੱਗਿਆ। ਅੱਛਾ ਹੈ ਜੀ, ਕਮੇਡੀ ਪੈਕੇਜ ਕਾਫੀ ਅੱਛਾ ਹੈ। ਅੱਛਾ, ਫਿਲਮ ਹਾਰਰ ਕਾਮੇਡੀ ਹੈ, ਤੇ ਹਾਰਰ ਕਿੰਨਾ ਕੁ ਹੈ ਫਿਲਮ ਦੇ ਵਿੱਚ, ਡਰ ਲੱਗਦਾ? ਹਾਰਰ ਵਾਲਾ ਤਾਂ ਸਸਪੈਂਸ ਹੀ ਰਹੇ ਤਾਂ ਵਧੀਆ ਹੈ ਆਡੀਅੰਸ ਲਈ, ਕਿਉਂਕਿ ਆਪ ਉਹ ਦੇਖਣਗੇ ਤਾਂ ਸਮਝਣਗੇ ਵੀ ਕੀ ਵਿਸ਼ਾ ਕੀ ਹੈ। ਬਹੁਤ ਵਧੀਆ, ਬਹੁਤ ਵਧੀਆ। ਅੱਛਾ, ਬੂ ਮੈਂ ਡਰ ਗਈ ਬੋਲ ਦਿਓ ਇੱਕ ਵਾਰੀ, ਬੂ ਮੈਂ ਡਰ ਗਈ ਇਹਦਾ ਬੋਲ ਦਿਓ। ਬੂ ਡਰ ਗਈ, ਸਭ ਵਧੀਆ, ਅੱਛੀ ਜੀ। ਅੱਛਾ, ਡਰ ਲੱਗਿਆ ਜਦੋਂ ਚੁੜੇਲ ਆਉਂਦੀ ਹੈ ਸਾਡੀ? ਸੋ ਜਿਹੜਾ ਸਸਪੈਂਸ ਹੈ, ਇਹ ਫਿਲਮ ਦਾ ਸਸਪੈਂਸ ਹੈ, ਬਣਿਆ ਰਵੇ ਤਾਂ ਵਧੀਆ ਹੈ। ਸੋ ਸਸਪੈਂਸ ਕਿੱਦਾਂ ਦਾ ਲੱਗਿਆ, ਜਿਹੜਾ ਇੱਕੋਦਮ ਹੋਰਰ ਤੋਂ ਜਿਹੜੀ ਹੈ ਇੱਕ ਥ੍ਰਿਲਰ ਵੱਲ ਚਲ ਜਾਂਦੀ ਹੈ ਮੂਵੀ, ਐਕਸ਼ਨ ਵੀ ਹੋ ਜਾਂਦਾ ਹੈ, ਡਰਾਮਾ ਵੀ, ਇਹ ਸਭ ਓਵਰਆਲ ਪੈਕੇਜ ਫਿਲਮ ਦਾ ਕਿੱਦਾਂ ਦਾ ਲੱਗਿਆ? 10/10 ਸੀਗਾ, ਕਾਮੇਡੀ ਦੀ ਬੈਸ ਸੀਗੀ ਐਂਡ ਸਸਪੈਂਸ ਤਾਂ ਸੀਗਾ ਹੀ ਸੀਗਾ ਇਸ, ਬਟ ਕਾਮੇਡੀ ਸਭ ਤੋਂ ਉੱਪਰ ਸੀਗੀ। ਅੱਛੀ। ਅੱਛਾ, ਆਪਣੇ ਫਰੈਂਡਸ ਨੂੰ ਕੀ ਕਹੋਗੇ ਕਿ ਫਿਲਮ ਉਹਨਾਂ ਨੂੰ ਦੇਖਣੀ ਚਾਹੀਦੀ ਹੈ ਕਿ ਨਹੀਂ? ਦੇਖਣੀ ਚਾਹੀਦੀ, ਜ਼ਰੂਰ ਦੇਖਣੀ ਚਾਹੀਦੀ, ਬਹੁਤ ਹੀ ਅੱਛੀ ਲੱਗੀ ਹੈ ਮੂਵੀ, ਅਲੱਗ ਕਨਸੈਪਟ ਹੈ ਤਾਂ ਬਹੁਤ ਮਜ਼ਾ ਆਇਆ। ਫੁੱਲ ਔਨ ਕਾਮੇਡੀ। ਰੋਸ਼ਨ ਪ੍ਰਿੰਸ ਤੇ ਈਸ਼ਾ ਰਿੱਖੀ ਜੀ ਦਾ ਕੰਮ ਤੇ ਬਾਕੀ ਸਾਡੇ ਜਿੰਨੇ ਵੀ ਆਰਟਿਸਟ ਫਿਲਮ ਦੇ ਵਿੱਚ ਮੌਜੂਦ ਹਨ, ਲਗਭਗ 52 to 53 ਆਰਟਿਸਟ ਮੌਜੂਦ ਹੈ, ਕਿੱਦਾਂ ਦਾ ਕੰਮ ਲੱਗਿਆ ਸਾਰਿਆਂ ਦਾ? ਆਲ ਓਵਰ ਬਹੁਤ ਹੀ ਜ਼ਿਆਦਾ ਅੱਛਾ, ਐਸਾ ਨਹੀਂ ਹੈ ਕਿ ਕਿਸੇ ਇੱਕ ਹੀ ਬਹੁਤ ਅੱਛੀ ਹੈ, ਸਭ ਕੀ ਬਹੁਤ ਅੱਛੀ ਹੈ, ਟੀਮ ਵਰਕ ਹੈ, ਬਹੁਤ ਅੱਛਾ। 5 star ਵਿੱਚੋਂ ਕਿੰਨੇ ਸਟਾਰ? ਮੂਵੀ ਹੈ, ਹਾਰਰ ਪਲੱਸ ਕਾਮੇਡੀ, ਕਾਮੇਡੀ ਜ਼ਿਆਦਾ ਹੈ। ਫਿਲਮ ਨੂੰ ਕਿੰਨੇ ਸਟਾਰ ਦਊਂਗੇ? 5। ਪੂਰੇ ਫੁੱਲ ਬੜਾ ਫੁੱਲ ਆ। 5 star 'ਚ 5 star ਦੇਵਾਂਗੇ। 5/5 ਆ ਜੀ। ਆਈ ਗਿਵ 5। 5 ਵੀ ਦੇਵਾਂਗੇ ਜੀ। 4.5 5/5 ਹੈ।
पब्लिक रिव्यूज तुसी आप अपनी कन्नी सुन ले और अखी देख ले है। सो 1 मार्च नूं तुसी वूमेन डर गए फिल्म सिनेमा घरां दे विच देखन जाना है कि नहीं, ये तुसी आप डिसाइड करना है। सो ये सी जी वूमेन डर गए दे पब्लिक रिव्यूज, और पब्लिक है सब जानती है, जनता जनार्दन कदे गलत नहीं हुंदी जी। सो जो जनता ने कहा वो तुसी मनना है कि नहीं मनना, ये तुहाडे ते जान तुहाडे ते है, क्योंकि तुसी भी साडी जनता हो, तुसी भी साडी पब्लिक हो। सो ये सी जी वूमेन डर गए दे पब्लिक रिव्यूज। मैनूं लगदा है 5 स्टार भी देने बनते हैं, बिकॉज एक्टिंग, स्क्रीन प्ले, म्यूजिक, ड्रामा, कॉमेडी, इस फिल्म दे विच की है ऐसा जो नहीं है। देखते रहो पंजाब प्लस टीवी। मैं आकांक्षा सोडी, कैमरामैन सुनील देना, सत श्री अकाल।